ਪੰਜਾਬ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਅਧਿਆਪਕ ਤੇ ਮਾਪਿਆਂ ਦੇ ਰਿਸ਼ਤੇ ਨੂੰ ਹੋਰ ਪਕੇਰਾ ਕਰਨ ਲਈ ਅੱਜ ਸਮੁੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਏ ਗਏ ਜਿਸ ਤਹਿਤ ਪੁੱਚੋ ਮੰਡੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਪੁੱਚੋ ਦੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ਦੇ ਇਸ ਕਦਮ ਦੀ ਰੱਜ ਕੇ ਸ਼ਲਾਘਾ ਕੀਤੀ। ਉੱਧਰ ਵਿਦਿਆਰਥੀਆਂ ਅਧਿਆਪਕਾਂ ਅਤੇ ਉਹਨਾਂ ਦੇ ਮਾਪਿਆਂ ਨੇ ਵੀ ਸਰਕਾਰ ਦੇ ਉਕਤ ਕਦਮ ਦੀ ਰੱਜ ਕੇ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੁਖੀ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਦੀ ਫੀਡਬੈਕ ਮਾਪਿਆਂ ਨੂੰ ਪਤਾ ਚੱਲਦੀ ਹੈ। ਕੀ ਕਿਹਾ ਅਧਿਆਪਕਾਂ ਨੇ ਮਾਪਿਆਂ ਨੇ ਅਤੇ ਹਲਕੇ ਦੇ ਵਿਧਾਇਕ ਜਗਸੀਰ ਸਿੰਘ ਮਾਸਟਰ ਨੇ ਇਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮੈਡਮ ਕੀ ਨਾਮ ਤੁਹਾਡਾ? ਸੋਨਾਲਿਕਾ। ਕਿੱਥੋਂ, ਕਿਹੜੇ ਸਕੂਲ ਤੋਂ? ਮੈਂ ਇਸੀ ਸਕੂਲ ਦੀ ਹਾਂ ਸਰ। ਕਿਹੜਾ ਸਕੂਲ ਹੈ? ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਚੋ ਮੰਡੀ ਲੜਕੇ ਤੋਂ। ਅੱਜ ਸਾਡੇ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਸੀ। ਉਸ ਦੇ ਦੌਰਾਨ ਅਸੀਂ ਮਾਪਿਆਂ ਤੋਂ ਉਹਨਾਂ ਦੇ ਸੁਝਾਅ ਮੰਗੇ ਗਏ ਸੀ ਅਤੇ ਬਹੁਤ ਸਾਰੇ ਪੇਰੈਂਟਸ ਨੇ ਸਾਨੂੰ ਅਲੱਗ ਅਲੱਗ ਆਪਦੇ ਸੁਝਾਅ ਦਿੱਤੇ ਗਏ ਹਨ ਅਤੇ ਅਸੀਂ ਉਹਨਾਂ ਨੂੰ ਲਿਖਿਆ ਹੈ। ਉਮੀਦ ਕਰਦੇ ਹਾਂ ਇਸ 'ਤੇ ਅਸੀਂ ਇਹਨਾਂ ਸਾਰੇ ਸੁਝਾਵਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਵਾਂਗੇ। ਨੈਕਸਟ ਟਾਈਮ ਅਗਲੇ ਸਤੰਬਰ ਦੇ ਪ੍ਰੀਖਿਆ ਵਿੱਚ ਇਸ ਤੋਂ ਵਧੀਆ ਰਿਜ਼ਲਟ ਅਤੇ ਜੋ ਉਹਨਾਂ ਨੇ ਸੁਝਾਅ ਦਿੱਤੇ ਆ ਉਹਨਾਂ ਨੂੰ ਪੂਰਾ ਕਰਕੇ ਦਿਖਾਇਆ। ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਪਹਿਲਾਂ ਉਪਰਾਲਾ ਕੀਤਾ ਕਿ ਹਰ ਇੱਕ ਬੱਚੇ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਜਾਵੇ, ਅਧਿਆਪਕ ਨੂੰ ਦੱਸ ਦੇਣ ਵੀ ਤੁਹਾਡੇ ਬੱਚੇ ਦੇ ਵਿੱਚ ਆਹ ਕਮੀ ਹੈ, ਇਸ ਤਰ੍ਹਾਂ ਨੂੰ ਵੀ ਇਹਨਾਂ ਨੂੰ ਮੋਲਡ ਕਰੋ, ਵੀ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ, ਸਾਰਾ ਕੁਝ ਦੱਸ ਦੇ ਸਾਡੇ ਅਧਿਆਪਕ ਸਾਥੀ ਜਿਹੜੇ ਹੈਗੇ ਆ। ਅਤੇ ਇਹ ਪਹਿਲੀ ਵਾਰ ਹੈ ਕਿ ਇੱਕ ਬਹੁਤ ਵਧੀਆ PMT ਹੋ ਰਹੀ ਹੈ ਸਕੂਲਾਂ ਦੇ ਵਿੱਚ। ਚੰਗਾ ਉਪਰਾਲਾ ਹੈ ਮੁੱਖ ਮੰਤਰੀ ਸਾਹਿਬ, ਬਹੁਤ ਵਧੀਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਸਾਡੇ ਐਜੂਕੇਸ਼ਨ ਮਿਨਿਸਟਰ ਸਰਬਜੋਤ ਜੀ ਬੈਂਸ, ਉਹ ਵੀ ਬਹੁਤ ਮਤਲਬ ਉਪਰਾਲਾ ਕਰ ਰਹੇ ਇਸ ਗੱਲ ਦੇ, ਮਤਲਬ ਹਰ ਇੱਕ ਗੱਲ ਨੂੰ ਉਹ ਬੜੀ ਗੰਭੀਰਤਾ ਨਾਲ ਲੈਂਦੇ ਆ, ਬਹੁਤ ਉਹ ਨਾਈਸ ਪਰਸਨ ਹੈ। ਤੁਹਾਨੂੰ ਮੈਂ ਜਸਵੀਰ ਸਿੰਘ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੁੱਚੋ ਮੰਡੀ ਵਿਖੇ ਕੰਮ ਕਰ ਰਿਹਾ ਹਾਂ। ਅੱਜ ਅਸੀਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪਾਇਰ ਮੀਟ 01 ਕਰਾ ਰਹੇ ਹਾਂ, ਜਿਹਦੇ ਵਿੱਚ ਬੱਚਿਆਂ ਦੇ ਮਾਤਾ ਪਿਤਾ ਜਿਹੜਾ ਹੈਗਾ ਗਾ ਆ ਕੇ ਸਾਡੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨਾਂ ਨੂੰ ਬੱਚਿਆਂ ਦੇ ਪ੍ਰਗਤੀ ਬਾਰੇ ਵਾਸਤੇ ਜਾਂ ਬੱਚਿਆਂ ਦੀ ਜਿਹੜੀ ਰਿਪੋਰਟ ਕਾਰਡ ਹੈਗਾ ਉਹਦੇ ਵਾਸਤੇ ਮਿਲ ਰਹੇ ਨੇ। ਜੁਲਾਈ ਦੇ ਵਿੱਚ ਜਿਹੜਾ ਸਾਡਾ ਟੈਸਟ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਬੱਚਿਆਂ ਦਾ ਨੰਬਰ ਆਏ ਨੇ ਅਸੀਂ ਉਹਦੇ ਬਾਰੇ ਦੱਸ ਰਹੇ ਹਾਂ। ਮੇਰਾ ਨਾਮ ਯੈਸਿਕਾ ਹੈ ਔਰ ਮੈਂ 12ਵੀਂ ਏ ਜਮਾਤ ਦੀ ਵਿਦਿਆਰਥਣ ਹਾਂ। ਬੇਟਾ, ਜੋ ਤੁਹਾਡਾ ਪੇਰੈਂਟਸ ਮੀਟਿੰਗ ਬੁਲਾਈ ਹੈ, ਕਿਵੇਂ ਦੇਖਦੇ ਹੋ ਤੁਸੀਂ? ਸਰ ਐਕਚੁਅਲੀ ਜਿਹੜੀ ਸਾਡੀ ਪੇਰੈਂਟਸ ਮੀਟਿੰਗ ਹੈ ਉਹ ਬਹੁਤ ਹੀ ਜ਼ਿਆਦਾ ਔਸਮ ਰਹੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਸਾਡੀ ਪਰਫੋਰਮੈਂਸ ਦੱਸੀ ਗਈ ਕਿ ਬੱਚੇ ਜਿਹੜੇ ਨੇ ਕਿਸ ਪ੍ਰਕਾਰ ਸਟੱਡੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ, ਐਂਡ ਟੀਚਰਸ ਨੇ ਪ੍ਰੋਜੈਕਟਰ ਦੇ ਵਿੱਚ ਸਾਨੂੰ ਸਾਡੇ ਰਿਜ਼ਲਟ ਨੂੰ ਸ਼ੋਅ ਕੀਤਾ, ਐਂਡ ਸਾਡੀ ਅਟੈਂਡੈਂਸ ਨੂੰ ਵੀ ਦੱਸਿਆ ਕਿ ਸਾਡੀ ਹਾਜ਼ਰੀ ਕਿੰਨੀ ਸਾਡੇ ਲਈ ਇੰਪੋਰਟੈਂਟ ਆ, ਔਰ ਸਾਡੀ ਪਰਫੋਰਮੈਂਸ ਨੂੰ ਮੁੱਖ ਰੱਖਦਿਆਂ ਸਾਡੇ ਪੇਰੈਂਟਸ ਨੂੰ ਦੱਸਿਆ ਗਿਆ ਔਰ ਸਾਡੇ ਪੇਪਰ ਵੀ ਸਾਨੂੰ ਦਿਖਾਏ ਗਏ। ਸੋ ਇਹ ਬਹੁਤ ਹੀ ਅੱਛੀ ਗੱਲ ਹੈ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਆਪ ਕੋਆਰਡੀਨੇਟਰ ਰਾਜਵੀਰ ਸਿੰਘ ਢਿੱਲੋਂ ਅਤੇ ਹਲਕਾ ਭੁੱਚੋ ਦੇ ਆਪ ਆਗੂ ਅਤੇ ਸਕੂਲ ਦੇ ਅਧਿਆਪਕ ਸਾਹਿਬਾਨ ਮੌਜੂਦ ਰਹੇ। ਉੱਚੋ ਮੰਡੀ ਤੋਂ ਬਿਊਰੋ ਰਿਪੋਰਟ, ਚੜ੍ਹਦਾ ਪੰਜਾਬ ਖਬਰਨਾਮਾ।